ਨਹੀਂ ਪਾਏ ਕੀ ਹੋ ਰਿਹਾ ਇਸ ਕਾਤੇ ਵਿੱਚ ਆਫਤਾਬ ਉਹ ਇੱਕ ਬੰਦਾ ਗਿਆ ਨਹੀਂ ਦੂਸਰਾ ਤੋਂ ਸੱਦ ਲਿਆ ਤੂੰ ਚਲੋ ਚਲੋ ਚੱਲ ਤੇਰੀ ਭੈਣ ਨੂੰ ਕੁੱਟ ਕੇ ਆਇਆ ਚਲ ਕੌਣ ਲੋਕ ਨੇ ਮੈਂ ਉਸਦੀ ਅੰਡਰਗਰਾਉਂਡ ਵਾਇਰਿੰਗ ਕਰਨੇ ਆਇਆ ਹਾਂ ਅੰਡਰਗਰਾਉਂਡ ਵਾਇਰਿੰਗ ਤੂੰ ਬਾਹਰ ਚਲੋ ਆਹ ਮੈਂ ਅਦਰਕ ਮੈਂ ਤੁਹਾਨੂੰ ਕੀ ਬਤਾਉਂ ਅੱਜ ਕੋਈ ਹੋਰ ਆ ਗਿਆ ਤੁਸੀਂ ਕੇ ਸਾਥ ਇਸ ਤਰ੍ਹਾਂ ਤੋਂ ਨਹੀਂ ਘਰ ਬਸਤੇ ਜੀ ਕੌਣ ਸਾ ਉਹ ਪਿਆਰ ਉਹ ਵਾਅਦੇ ਉਹ ਕਸਮੇ ਸਭ ਕੁਝ ਭੁੱਲ ਗਏ ਕੌਣ ਸੀ ਭੁੱਲ ਜਾਓ ਸਭ ਕੁਝ ਕਿਰਨ ਲੇਕਿਨ ਆਪਣੇ ਬੱਚੇ ਤੋਂ ਨਾ ਭੁੱਲੋ ਜੀ ਕੀ ਬਕਵਾਸ ਹੈ ਕਿਰਨ ਇਹ ਸਭ ਜਾ ਸੁਣ ਲਾ ਮੈਂ ਉਹ ਕੋਈ ਗੱਲ ਨਹੀਂ ਦਰਸਲ ਮੇਰੀ ਬੱਚੀ ਨੇ ਕਿਹਾ ਸੀ ਦੇਸੀ ਆਂਡੇ ਚਾਹੀਦੇ ਆ ਤੇ ਮੈਂ ਤੇਰਾ ਪਿੰਡੋ ਚੌਧਰੀ ਬੁਲਾਇਆ ਐ ਪੋਲਟਰੀ ਫਾਰਮ ਤੇ ਤੇਰਾ ਘਰ ਹੈ ਕੀ ਹੋ ਗਿਆ ਉਹਦੇ ਹੱਥ 'ਚ ਧੋਰ ਮੈਂ ਤਾਂ ਵੇਖ ਕੂੜਾ ਨੋਟ ਤੇ ਵੇਖ ਨੱਥੀ ਹੋ ਕਿਹੜਾ ਨੱਥੀ ਕੂੜ ਕੀ ਕਹਿ ਰਿਹਾ ਤੂੰ ਉਹ ਤੇਰਾ ਜੋ ਹਿੱਸਾ ਬਣੇਗਾ ਵਿੱਚੋਂ ਕੱਢ ਲਾਂਗੇ ਸ਼ਟ ਅਪ ਚਲੋ ਠੀਕ ਹੈ ਬਈ ਮਾਰ ਭੁੱਖਾ ਦੇ ਨਾਲ ਸਾਨੂੰ ਵੀ ਮਾਰ ਉੱਚੀ ਨਾ ਬੋਲ ਸਾਲਿਆ ਕੱਲ ਵੀ ਤੇਰੀ ਗੱਠ ਨਿਕਲ ਗਈ ਸੀ ਚਲ ਬਾ ਉਹ ਨਹੀਂ ਮੈਂ ਸਮਝਾਉਣਾ ਬਾਹਰ ਚਲ ਆਸਤੀਨ ਕੇ ਕੁੱਤੇ ਆਹਾ ਤੇਰੀ ਮਾਂ ਨੂੰ ਕਿਹਾ ਬੱਚਾ ਜੰਮ ਨਹੀਂ ਅਦਰਕ ਜੰਮ ਕੇ ਸਲਾਮ ਲਿਖ ਭਾਜੀ ਚੌਧਰੀ ਹੈਗਾ ਵਾ ਪਰ ਨੱਥੀ ਹੋ ਜਾ ਗੁੰਗਾ ਹੋ ਜਾ ਤੇਰੀ ਜ਼ਬਾਨ ਲੱਗਣ ਲੱਗੀ ਸੀ ਲੇਕਿਨ ਤੂੰ ਨੱਸ ਗਿਆ करो लेकिन बच्चे मुझे चाहिए करो कबर के बिच्छू वैसे तू जमिया सी या तेरी मां ने काम सिखिया सी ਜਦੋਂ ਇਹ ਜੰਮੇ ਇਹਦੀ ਵਾਲਦਾ ਨੇ ਗਾਣਾ ਗਾਇਆ ਸਾਰੇ ਮਹੱਲੇ ਦੀ ਗਲਤੀ ਆਪਣੇ ਨਾਵੇਂ ਲਾਈਏ ਸੜਦੇ ਗਈ ਆ ਪਰ ਚਸ ਬੜੀ ਆਈ ਏ ਮੇਰੀ ਮਾਂ ਨੇ ਗਾਣੇ ਗਾਏ ਜਦੋਂ ਇਹ ਜੰਮਣ ਵਾਲਾ ਸੀ ਇਹਦੀ ਮਾਂ ਨੇ ਮੇਰੀ ਨਗਮੇ ਗਾਏ ਨਾਲ ਮੰਜੀ ਦੀਆਂ ਦੋਨਾਂ ਫੜ ਕੇ ਆ ਚਸ ਪਾਚ ਨੂੰ ਤੋ ਹਿੰਮਤ ਨਹਾ ਹਾਜੀ ਇਹਦਾ ਮਤਲਬ ਹੈ ਤੁਹਾਡੇ ਦੋਵਾਂ ਦੀਆਂ ਮਾਵਾਂ ਮਸ਼ਟੰਡੀਆਂ ਔਰਤਾਂ ਹੀ ਨੇ ਯੂ ਆਰ ਰਾਈਟ ਜੇ ਉਹ ਜੇ ਵੇਲੀਆਂ ਨੇ ਤੇ ਮਹਾਜੀ ਦੇ ਮੱਥੇ ਲਾ ਕੋ ਕੰਮ ਧੰਦੇ ਤੇ ਲਾ ਦਈਏ ਚੱਲ ਅੰਦਰ ਬਾਹਰ ਕੜੇ ਤੇ ਬਾਤ ਕਰੋ ਮੇਰੇ ਸਾਥ ਤੂੰ ਇਹ ਨੱਕ ਚ ਕੀ ਪਾਈ ਨਥਲੀ ਪਹਿਨੀ ਹੋਈ ਹੈ ਤੇਰੀ ਵੇ ਕੀ ਮੈਂ ਤੁਹਾਨੂੰ ਬਾਬਾ ਮਾਰੂੰਗਾ ਹਾਂ ਕੀ ਬਦਤਮੀਜ਼ੀ ਕੀ ਨੱਕ ਚ ਨਥਲੀ ਪਾਈ ਆ ਤਾਂ ਪਹਿਨੀ ਹੈ ਅੰਗਰੇਜ਼ਨੀਆਂ ਦੀ ਕਾਪੀ ਕਰਦੀ ਹੋ ਸਾਰੀਆਂ ਜਿੱਥੇ ਉਹ ਪਾਉਂਦੀਆਂ ਉੱਥੇ ਪਾਓ ਜਰਾ ਬਤਾ ਨਾ ਵੋ ਕਹਾਂ ਪੇ ਡਾਲਤੀ ਹੈ ਉਹ ਪੌਂਦੀਆਂ ਇੱਥੇ 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 ਬਾਕੀ ਕੇਬਲ ਲੱਗੀ ਸਾਰਿਆਂ ਨੂੰ ਪਤਾ ਕਿਰਨ ਆਪਕਾ ਇਹ ਕੀ ਹੋ ਰਿਹਾ ਤੁਹਾਡੇ ਘਰ ਮੇ ਮੈਂ ਸਮਝ ਨਹੀਂ ਆ ਰਹੀ ਬਜ਼ਾਰੀ ਇਸ਼ਕ ਕਰਕੇ ਅੰਨਾ ਹੋ ਗਿਆ ਪਾਗਲ ਹੋ ਗਿਆ ਮੈਂ ਕੀ ਕਹਿ ਰਹੇ ਹੋ ਤੁਮਨੇ ਇੱਕ ਤਵਾਇਫ ਜ਼ਾਦੀ ਕੇ ਸਾਥ ਸ਼ਾਦੀ ਕਰ ਲਈ ਉਹ ਫੇਰ ਕੀ ਇਹ ਤਵਾਇਫ ਨਾ ਵਿਆਹ ਕਰ ਲਿਆ ਸਿਆਣੇ ਕਹਿੰਦੇ ਚੱਲਦਾ ਪਾਣੀ ਪਾਕ ਹੁੰਦਾ ਓਏ ਮੁਝੇ ਤਾਂ ਆਪ ਪਤਾ ਚਲਾ ਤੂੰ ਦੱਲੇ ਹੋ ਲੋ ਦੱਸੋ ਲੜ ਇੱਜ਼ਤ ਕੀ ਹੈ ਕਿਰਨ ਇਹ ਤਾਂ ਚੋਇਆ ਨਹੀਂ ਕਿਹੜੀ ਗੱਲ ਆ ਸ਼ੋਭਾ ਵਾ ਮੁੱਕਰ ਸਕਦੇ ਹੀ ਨਹੀਂ ਕਿਰਨ ਤਮੀਜ਼ ਤੇ ਬਾਤ ਕਰੋ ਤੁਮ ਲੋਕ ਕੰਜਰ ਹੋਤੇ ਹੋ ਉੱਠ ਠਹਿਰ ਜਾ ਕੰਜਰ ਹੋਤੇ ਹੋ ਤੇ ਜਿਹੜਾ ਤੁਸੀਂ ਇੱਥੇ ਕਰਦੇ ਹੋ ਤੁਹਾਨੂੰ ਟੀਪੂ ਸੁਲਤਾਨ ਕਹਿੰਦੇ ਨੇ ਕਿਰਨ ਪਲੀਜ਼ ਮੈਂ ਤੁਮਸੇ ਬਾਤ ਕਰਤੋ ਅੰਦਰ ਚਲੋ ਕੀ ਬਾਤ ਕਰੋਗੇ ਤੁਮ ਮੇਰੇ ਸਾਥ ਸ਼ਾਦੀ ਤੁਮਨੇ ਕਹਾ ਥਾ ਮੈਂ ਤੁਹਾਰੇ ਸਾਥ ਕਰੂੰਗਾ ਮੇਰੇ ਸਾਥ ਪਿਆਰ ਕੀਆ ਗਲਤੀ ਹੋ ਗਈ ਹੈ ਮੁਸਾ ਤੁਮ ਅੰਦਰ ਚਲੋ ਨਾ ਇਹ ਕੈਸੀ ਗਲਤੀ ਹੋ ਗਈ ਤੁਮਸੇ ਪਿਆਰ ਮੇਰੇ ਸਾਥ ਵਾਦੇ ਮੇਰੇ ਸਾਥ ਔਰ ਸ਼ਾਦੀ ਇੱਕ ਤਵਾਇਫ ਕੇ ਸਾਥ ਨਾ ਮੇਰਾ ਕਾਕਾ ਨਾ ਮੇਰਾ ਕਾਕਾ ਆ ਜਾ ਜੀ ਓਏ ਹੋਏ ਡਰ ਹੁਣ ਚੜਿਆ ਤੈਨੂੰ ਇਹਦੇ ਕੋ ਬਦਲਾ ਲੈ ਬਦਲਾ ਕਿਵੇਂ ਲੂੰ ਇਹਦੇ ਸਾਹਮਣੇ ਚੌਧਰੀ ਫਸਾ ਓਏ ਮੇਰੇ ਨਾਲ ਤੈਨੂੰ ਮਸ਼ਵਰੇ ਦੇ ਕਿਹੇ ਮਸ਼ਵਰੇ ਨਾ ਦੇ ਅੱਛਾ ਕਿੱਥੇ ਆ ਮੇਰੇ ਕੋ ਤੇ ਗਾਹ ਕੀ ਬਹੁਤ ਆ
I'm sorry, my son. Sakun, my husband, the bad guy. Can please? Somebody do the question. Knocker! Hey, Manana, Manata, when I'm at Lucky Buddy, dear. Key? What tell Janaja? Tell Janaja, Scalatecho. Macarta Malaka. Then I put her back. Here, I get to Nicaja. What can be? Terry Bibi can be. Key? Can you get to Nicolato? Then you go. ਉਹ ਕਹਿਣ ਦੀ ਹੁਣ ਹੁਕਮ ਉਹਦਾ ਚੱਲਣਾ ਕਰਦੀ ਮਾਲਕਨ ਓਏ ਅਮੀ ਅੱਬੂ ਕੱਲਾ ਜਾਂਦਾ ਬੁਰਾ ਲੱਗਦਾ ਤੂੰ ਵੀ ਨਾਲ ਚਲੀ ਜਾ ਤੇ ਦੋਵੇਂ ਲక్ష్ਮੀ ਚੌਂਕ ਜਾ ਕੇ ਖਲੋ ਜਾ ਜਾ ਪੁੱਤਰਾਵਾ ਉਹ ਪੈਸਾ ਆਂਦਿਆਂ ਨਾਲ ਹੀ ਅੱਖਾਂ ਬਦਲ ਲਈਆਂ ਉਹ ਜਿਸਰਾ ਸਾਨੂੰ ਤੂੰ ਧੱਕੇ ਦੇ ਦਿਆ ਮੈਂ ਤੇ ਤੈਨੂੰ ਬਦਲਾ ਵੀ ਨਹੀਂ ਦੇ ਸਕਦਾ ਕਿ ਕੱਲ ਨੂੰ ਤੇਰੀ ਔਲਾਦ ਤੈਨੂੰ ਧੱਕੇ ਦੇਵੇ ਉਹ ਮੈਂ ਤੇ ਪਿਓ ਮੈਂ ਤਾਂ ਸਹਿਰਿਆ ਉਹ ਪੁੱਤਰ ਤੂੰ ਨਹੀਂ ਸਹਿ ਸਕੇਂਗਾ ਤੂੰ ਨਹੀਂ ਸਹਿ ਸਕੇਂਗਾ ਉਹ ਸਿਆਣੇ ਸੱਚ ਕਹਿੰਦੇ ਨੇ ਪੁੱਤਰ ਕਬੂਤਰ ਤੇ ਹੋ ਸਕਦੇ ਨੇ ਪਰ ਮਾਪੇ ਕਮਾਪੇ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਓਏ ਉਸ ਪਿਓ ਨੂੰ ਘਰੋਂ ਕੱਢ ਦਿੱਤਾ ਈ ਜਿਹੜਾ ਆਪਣੇ ਮੂੰਹ ਚੋਂ ਕੱਢ ਕੇ ਤੇਰੇ ਮੂੰਹ ਚ ਪਾਉਂਦਾ ਰਿਹਾ ਹੈਲੋ ਐਸਨ ਫੋਟੋਗ੍ਰਾਫ ਉਹ ਯਾਰ ਮੈਂ ਤੈਨੂੰ ਫਾਈਲ ਦੇ ਕੇ ਗਿਆ ਬੌਸ ਨੂੰ ਪਹੁੰਚਾਣੀਆਂ ਨੇ ਮੈਂ ਆਇਆ ਇੱਕ ਮਿੰਟ ਜ਼ਰਾ ਬਸ ਆਨੀ ਸਮਝ ਨਹੀਂ ਆਇਆ ਐਸਨ ਵੀ ਪਾਗਲ ਹੋ ਗਿਆ ਆਹਾ ਟਵਾਣਾ ਖੜੇ ਕਿੱਥੇ ਰਹਿ ਗਏ ਅੱਛਾ ਗੱਲ ਪਤਾ ਕੀ ਆ ਉਹ ਬਿਸਮਿਲ੍ਲਾ ਟਵਾਣਾ ਸਾਹਿਬ ਮਲਕ ਟਵਾਣਾ ਮਲਕ ਟਵਾਣਾ ਆਹਾ ਮਲਕ ਟਵਾਣਾ ਮਲਕ ਟਵਾਣਾ ਮਲਕ ਟਵਾਣਾ ਮਲਕ ਟਵਾਣਾ ਮਲਕ ਟਵਾਣਾ ਮਲਕ ਟਵਾਣਾ ਐਡੀ ਕੁ ਫੁਰੜੀ ਵੱਡਾ ਬਖਾਣਾ ਮਲਕ ਟਵਾਣਾ ਮਲਕ ਟਵਾਣਾ ਆਹੋ ਮਲਕ ਟਵਾਣਾ ਮਲਕ ਟਵਾਣਾ ਖੁਦੀ ਕਾਦੀ ਟੂਟੀਆ ਦੇਖੀ ਮਨਾਣਾ ਮਲਕ ਟਵਾਣਾ ਮਲਕ ਟਵਾਣਾ ਓਹੋ ਹੀ ਭਾਈ ਮਲਕ ਟਵਾਣਾ ਮਲਕ ਟਵਾਣਾ ਤੁਹਾਡੀਆਂ ਪਤੀਲੀਆਂ ਨੂੰ ਮੈਂ ਪਿੱਛੋਂ ਮਾਰ ਕੇ ਜਾਣਾ ਮਲਕ ਟਵਾਣਾ ਮਲਕ ਟਵਾਣਾ ਤੇ ਤੁਸੀਂ ਇੱਥੇ ਆ ਗਏ ਹੋ ਪਿੱਛੋਂ ਪੂਰੇ ਪਿੰਡ ਨੇ ਤੇਰੇ ਘਰ ਵੜ ਜਾਣਾ ਮਲਕ ਟਵਾਣਾ ਮਲਕ ਟਵਾਣਾ ਛੋਟੀ ਭੈਣ ਨੂੰ ਕੀ ਮੇਰੀ ਕੰਨ ਤੇ ਸਾਬਣ ਲਾਣਾ ਮਲਕ ਟਵਾਣਾ ਮਲਕ ਟਵਾਣਾ ਆਹਾ ਟਵਾਣਾ ਸਾਹਿਬ ਸਾਡੀ ਕੀ ਇੱਥੇ ਬੇਟੇ ਟੈਨਸ਼ਨ ਲਈ ਟੈਨਸ਼ਨ ਨਹੀਂ ਲੈਣੀ ਪਹਿਲ ਆ ਗਿਆ ਥੱਬੂ ਚੰਗਾ ਕੀਤਾ ਐਤਕੀ ਬੱਜੇ ਲੈ ਆਇਓ ਨਹੀਂ ਤੇ ਪਿਛਲੀ ਵਾਰੀ ਤਾਂ ਤੁਸੀਂ ਲੱਖ ਰੁਪਏ ਦੇ ਠੀਪਾ ਹੀ ਲੈ ਆਇਆ ਸੋ ਫੜ ਹਾਂਜੀ ਫੜ ਫੜ ਫੜੋ ਜੀ ਫੜੋ ਫੜ ਫੜੋ ਫੜੋ ਕੱਲ ਫੜ ਫੜੋ ਆ ਵੀ ਫੜ ਫੜੋ ਜੀ ਫੜੋ ਆ ਵੀ ਫੜ 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 ਮੈਨੂੰ ਤਾਂ ਸਮਝ ਨਹੀਂ ਆਉਂਦੀ ਟਵਾਣਾ ਸਾਹਿਬ ਕਿ ਤੁਸੀਂ ਆਪਣੀ ਮਾਲਦਾ ਨੂੰ ਖਰਚਾ ਕਿਵੇਂ ਦਿੰਦੇ ਹੋ ਪਰਸ ਚੋ ਕੱਢ ਕੇ ਹਾਂ ਹਾਂ ਹਰ ਬੱਚਿਆ ਲੈ ਆ ਜੀ ਲੈ ਆ ਬੱਚੀਆਂ ਵਾ ਬੱਚੀਆਂ ਚਾਹੀਦੀਆਂ ਕਿੰਜ ਦੀਆਂ ਹੁਕਮ ਕਰੋ ਹਰ ਸਾਈਜ਼ ਦੀ ਬੱਚੀ ਮੇਰੇ ਕੋਲ 40 ਸਾਲ ਵਾਲੀ ਵਾ 40 ਸਾਲਾਂ ਵਾਲੀ ਬੱਚੀ ਹੈ ਵਾ ਉਹਦੀ ਐਡੀ ਐਡੀ ਅੱਖਾਂ ਮੇਰੀ ਗੁੱਡ ਲੱਕ ਆ ਲੰਮੇ ਲੰਮੇ ਵਾਲ ਆ ਉਹਦੇ ਕਿਹੜੇ ਆਹਾ ਲੰਮੇ ਲੰਮੇ ਵਾਲ ਸਿਰ ਦੇ ਦੁਲਫਾ ਵਾ ਕੀ ਆਖਿਆ ਨੇ ਬੱਚੀ ਨੇ ਵਾਲਾਂ ਨਾਲ ਨਾ ਛੁਰੀਆਂ ਲਾਈਆਂ ਨੇ ਜਿਹੜਾ ਤਮਾਸ਼ ਵੀ ਨੋਟ ਨਾ ਸੁੱਟੇ ਨਾ ਮਾਰ ਕੇ ਇਸ਼ਾਰਾ ਕਰ ਦਿੰਦੀ ਹੈ ਕੀ ਕਹਨੇ ਹੋਰ ਕੋ ਵੈਰਾਈਟੀ ਮੈਂ ਕਹਿਣਾ ਵਾ ਕਿ ਗੋਰਾ ਚਿੱਟਾ ਰੰਗ ਹੈ ਕੀ ਬਾਤ ਜਦੋਂ ਪਾਣੀ ਪੀਂਦੀ ਆ ਗਲੇ ਚੋਂ ਲੰਘਦਾ ਨਜ਼ਰ ਆਉਂਦਾ ਕਿਉਂ ਗਲਾ ਪਾਟਾ ਹੈ ਧੋਖਾ ਨਾ ਦੇ ਮੈਨੂੰ ਤੁਹਾਨੂੰ ਬੱਚੀ ਚਾਹੀਦੀ ਕਹਿੰਦੀ ਟਵਾਣਾ ਸਾਹਿਬ ਹੁਕਮ ਕਰੋ ਉੱਚੀ ਲੰਮੀ 0 ਮੀਟਰ ਇਹ ਲਾਰੇ ਇੱਥੇ 0 ਮੀਟਰ ਤੇ ਤੁਹਾਨੂੰ ਆਪਣੇ ਘਰੋਂ ਨਹੀਂ ਲੱਭਣੀ ਆਹਾ 0 ਮੀਟਰ ਕਿਹੜੀ ਬੱਚੀ ਹੁੰਦੀ ਬੱਚੀ ਹੋਵੇ ਚੰਗੀ ਐਡੀ ਮੈਂ ਮਹਿਰਾਨ ਦੀ ਲੈ ਆਵਾਂ ਬੱਚੀ ਉਹ ਕੋ ਵੈਰਾਈਟੀ ਦੱਸ ਬੱਚੀ ਦੀ ਉਹ ਵੈਰਾਈਟੀ ਜੀ 6 ਫੁੱਟ ਕੱਦ ਹੈ ਬੱਚੀ ਦਾ ਕੀ ਕਹਨੇ ਮੈਂ ਕਹਿਣਾ ਵਾ ਕਿ ਉਹ ਉੱਚੀ ਲੰਬੀ ਸਰੂ ਜਿੱਡੀ ਆਹਾ ਭਈ ਇੱਥੋਂ ਆ ਕੇ ਫਿਕਰ ਆਉਂਦਾ ਏ ਇੱਥੇ ਹੀ ਰੋਕ ਦੇ ਅੱਛਾ ਇੱਥੇ ਇਹ ਤੇ ਦੱਸਿਆ ਹੀ ਨਹੀਂ ਚੱਲ ਦੱਸ ਇੱਥੋਂ ਆ ਕੇ ਕਿ ਭਈ ਇੱਥੋਂ ਇੱਥੇ ਹੀ ਆ ਇੱਥੋਂ ਵਾਵਾ ਇਹ ਬੱਚੀ ਦਾ ਕੱਦ ਵੇਖੋ ਇਹੋ ਜੀ ਲੱਤ ਮਾਰ ਕੇ ਤਮਾਸ਼ ਵੀ ਇੱਧਰ ਵੇਖੋ ਇੱਥੋਂ ਫਿਰ ਇਹ ਕਿਹੜੀ ਠੀਕ ਹੈ ਬੱਚੀ
ਹਾਂ ਬੱਚੀ ਦੱਸਣ ਦੇ ਆ ਦੱਸ ਦੇਖੋ ਇੱਥੋਂ ਇਹ ਕੀ ਕਰ ਤੁਸੀਂ ਸਾਰੇ ਬੱਚੀਆਂ ਛੱਡ ਕੇ ਹਾਜੀ ਦੇ ਪਿੱਛੇ ਹੀ ਹੋ ਹਾਜੀ ਤੂੰ ਹੈ ਬੜਾ ਸੋਹਣਾ ਯਕੀਨ ਕਰ ਗੱਲ ਇਹ ਆ ਕਿ ਬੱਚੀ ਇਹ ਹਾਂ ਉਹ ਬੱਚੀ ਜਿਹੜੀ ਆ ਨਾ ਆਇਓ ਤੁਸੀਂ ਆਇਓ ਕੀ ਹੈ ਕਮਾਣਾ ਸਾਹਿਬ ਬਾਬਾ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਕਿੰਜ ਕਿੰਜ ਦੀ ਬੱਚੀ ਹਾਜੀ ਸਾਹਿਬ ਬਜਟ ਕਰਾਈ ਤੇ ਹੈ ਕੋਈ ਨਹੀਂ ਤੁਸਾਂ ਉਹ ਸਾਰੇ ਚੱਲ ਗੁੱਟ ਕੇ ਮੈਂ ਆਪ ਐਸਾ ਕੰਮ ਆਇਆ ਪੁੱਤਰੋ ਸ਼ਾਲੀ ਮਾਰਸੀ ਮਹਿਫਲ ਹੈ ਆਇਆ ਅੱਛਾ ਅੱਗੇ ਆ ਤਨਾਸੀਲ ਵੀ ਆ ਪੈਸੇ ਇੱਥੋਂ ਮਿਲਣ ਕਿ ਤੈਨੂੰ ਕਿਉਂ ਘਬਰਾ ਗਿਆ ਉਹ ਨਹੀਂ ਆ ਮੈਂ ਤਾਂ ਲੋੜਦੇ ਆ ਮੈਂ ਤੇਰਾ ਢੋਲ ਕਿੱਥੇ ਵਿਆ ਤੂੰ ਪਹਿਨ ਚੋਣੀ ਮੈਂ ਕਾਣੀ ਹੈ ਤੂੰ ਰਿਆ ਇਹ ਪਹਿਲਾਂ ਕੰਮ ਦਾ ਹੀ ਆ ਚੌਧਰੀ ਹੈ ਇਹ ਕੌਣ ਹੈ ਕੌਣ ਇਹ ਵੀ ਤਮਾਸ਼ ਵੀਨ ਬਲਕ ਪਹਿਲੇ ਲੈ ਕੇ ਆ ਪਹਿਲੇ ਇੱਥੇ ਰੱਖੇ ਹਾਂ ਚੰਗੀ ਗੱਲ ਜਿੱਥੇ ਦੀ ਕਮਾਈ ਉੱਥੇ ਹੀ ਰੱਖਣਾ ਓਏ ਪਹਿਲੇ ਪਹਿਨ ਟੋਲ ਲੈਣਾ ਆ ਅੱਛਾ ਤੇ ਇਨਸ਼ਾਅੱਲਾ ਜਾਣ ਵਾਲਾ ਵੇਲੇ ਨਾ ਤੂੰ ਹੱਥ ਨਾਲ ਨਲਕਾ ਲੈ ਕੇ ਜਾਏਗਾ ਆਪਾਂ ਜੇ ਮੈਂ ਕੱਢ ਲੈ ਆਵਾਜ਼ਾਂ ਤੇ ਵਜਾਊ ਕੌਣ ਵੇ ਜੇ ਮੈਂ ਖਾ ਲਈ ਅਫੀਮ ਤੇ ਸੁਆਉ ਕੌਣ ਵੇ ਹਾਜੀ ਮਰ ਗਿਆ ਤੇ ਮੈਂ ਕਿਹਾ ਜੀ ਤੁਹਾਨੂੰ ਆਵਾਜ਼ਾਂ ਵਜਦਾ ਹਾਂਜੀ ਵਜਦਾ ਤੁਹਾਨੂੰ ਨਹੀਂ ਪਤਾ ਕਿਵੇਂ ਵਜਦਾ ਕਿਵੇਂ ਵਜਦਾ ਇੱਥੇ ਹੱਥ ਰੱਖੋ ਆ ਲਈ ਇਹ ਕਿਵੇਂ ਵਜਦਾ ਹਾਜੀ